ਅਸਲਾਮ ਅਲੈਕਮ ਜੀ ਜੀ ਉਮੀਦ ਹੈ ਕਿ ਸਭ ਬਈ ਠੀਕ ਹੋਣਗੇ ਔਰ ਅੱਜ ਦੀ ਵੀਡੀਓ ਸ਼ੁਰੂ ਕਰਨੇ ਆ ਪੇਜ ਨੰਬਰ ਹੈ ਜੀ 925 924 ਤੋਂ 25 ਜਿਹਾ ਦੱਸਿਆ ਸੀ ਕਿ ਇਹ ਵੀ ਜਿਹੜੇ ਪੇਜ ਨੇ ਤਿੰਨ ਪੇਜ ਉਹਨਾਂ ਬਾਅਦ ਚ ਐਡ ਕੀਤੇ ਸਨ ਇਹ ਵੀ 23 ਨੰਬਰ ਚੈਪਟਰ ਇਹਦੇ ਹਿੱਸਾ ਵੇ ਠੀਕ ਹੈ ਜੀ ਅੱਛਾ ਜੀ ਇੱਥੇ ਹੁਣ ਗੱਲ ਕਰਨ ਲੱਗਾ ਹੈ ਅਟੈਂਸ਼ਨ ਦੇ ਜਿਹੜਾ ਧਿਆਨ ਦੇ ਦੌਰਾਨ ਲਗੂ ਇਹਦਾ ਡਰਾਈਵਿੰਗ ਦੇ ਦੌਰਾਨ ਧਿਆਨ ਕਰੇ ਦਾ ਉਹਦੇ ਬਾਰੇ ਇਹਨੇ ਗੱਲ ਕਰਨੀ ਹੈ ਠੀਕ ਹੈ ਡਰਾਈਵਿੰਗ ਕਰਦਿਆਂ ਜਾਂ ਧਿਆਨ ਠਾਣਾ ਐਕਸੀਡੈਂਟ ਦੀ ਮੇਨ ਵਜ੍ਹਾ ਇਹ ਹੁੰਦੀ ਹੈ ਠੀਕ ਹੈ ਔਰ ਜਦੋਂ ਤੁਸੀਂ ਖਾਸ ਤੌਰ ਤੇ ਚੌਕ ਕ੍ਰਾਸ ਕਰਦੇ ਹੋ ਉਦੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਇੱਕ ਸੈਕਿੰਡ ਦਾ ਕੋਸ਼ੇ ਹਿੱਸਾ ਵੀ ਜਿਹੜਾ ਧਿਆਨ ਠਾਣਾ ਹੁੰਦਾ ਡਰਾਈਵਿੰਗ ਦੌਰਾਨ ਉਹ ਵੀ ਖਤਰਨਾਕ ਹੋ ਸਕਦਾ ਠੀਕ ਹੈ ਜੀ ਬਾਕੀ ਉਹ ਹੀ ਚੀਜ਼ਾਂ ਨੇ ਜਿਹੜੀਆਂ ਆਮ ਤੌਰ ਤੇ ਸਾਰਿਆਂ ਨੂੰ ਹੀ ਪਤਾ ਹੁੰਦੀਆਂ ਨੇ ਤੇ ਹਾਂ ਜਿਹੜੀਆਂ ਅੱਗੇ ਆਪ ਤੇ ਗੱਡੀ ਧਿਆਨ ਨਾਲ ਚਲਾਣੀ ਚਲਾਣੀ ਹੈ ਜਿਹੜੇ ਦੂਸਰੇ ਬੰਦੇ ਨੇ ਮਤਲਬ ਸਾਡੇ ਅੱਗੇ ਗੱਡੀ ਚੱਲ ਰਹੀ ਹੈ ਪਿੱਛੇ ਵੇ ਜਾਂ ਸਾਈਡ ਤੇ ਵੇ ਜਾਂ ਕਹਿ ਲੋ ਕੋਈ ਬੰਦੇ ਜਾਂ ਸਾਈਕਲ ਵਾਲਾ ਕੈਲਫਟ ਪੱਤੇ ਚੱਲਦਾ ਪਿਆ ਉਹਨਾਂ ਤੇ ਵੀ ਧਿਆਨ ਰੱਖਣਾ ਹੈ ਕਿਉਂਕਿ ਕਈ ਦਫਾ ਹੁੰਦਾ ਹੈ ਕਿ ਬੰਦੇ ਦੀ ਆਪਣੀ ਗਲਤੀ ਨਹੀਂ ਹੁੰਦੀ ਦੂਸਰੇ ਦੀ ਗਲਤੀ ਦੀ ਵਜ੍ਹਾ ਤੋਂ ਵੀ ਐਕਸੀਡੈਂਟ ਹੋ ਸਕਦਾ ਹੈ ਠੀਕ ਹੋ ਗਿਆ ਚਲੋ ਜੀ ਪਹਿਲਾ ਸਵਾਲ ਦਿਸਤਾਰਸੀ ਅਲਾਗੁਇਦਾ ਕਨੈ ਡਰਾਈਵਿੰਗ ਤੋਂ ਦਿਸਤਾਰਸੀ ਗਰੇਡ ਧਿਆਨ ਟਾਈਦਾ ਪੋਕਉਜ਼ਾਰੇ ਇਹ ਵਜ੍ਹਾ ਹੋ ਸਕਦਾ ਹੈ ਕਾਰਨ ਹੋ ਸਕਦਾ ਹੈ ਇਨਸੀਡੈਂਟ ਇਸ ਤਰ੍ਹਾਂ ਦੀ ਸੜਕ ਤੇ ਐਕਸੀਡੈਂਟ ਦਾ ਕਿ ਪੋਸੋਨੋ ਕੋਂਪੋਰਟਾਰੇ ਗ੍ਰਾਵੀ ਕੋਂਸੇਗਵੈਂਜ਼ੀ ਜਿੱਦੇ ਨਾਲ ਗ੍ਰਾਵੀ ਕੋਂਸੇਗਵੈਂਜ਼ੀ ਉਸ ਗ੍ਰਾਵੀ ਮਤਲਬ ਸੰਗੀਨ ਕੋਂਸੇਗਵੈਂਸੀ ਨਤੀਜਾ ਹੋਈਏ ਦਾ ਸੰਗੀਨ ਨਤੀਜਾ ਜਾਂ ਅੰਜਾਮ ਕਹਿ ਲੋ ਹੋ ਸਕਦਾ ਹੈ ਜਿਹੜਾ ਸੜਕ ਤੋਂ ਧਿਆਨ ਟਾਣੇ ਦਾ ਵੇਰੋ ਅੱਛਾ ਜੀ ਦੀਸਟ੍ਰਾਰਸੀ ਧਿਆਨ ਹਿਟਾਣਾ ਆ ਲੱਗੂ ਇਹਦਾ ਡ੍ਰਾਈਵਿੰਗ ਤੋਂ ਕੌਜ਼ਾਰੇ ਵਜ੍ਹਾ ਕਾਰਨ ਔਰ ਇਸ ਸੈਂਪਰੇ ਵੇਰੋਏ ਫਾਲਸੋ ਕੋਈ ਨਹੀਂ Gravi sempre vero? Do falso. Falso che ne ha ne? Abaliante ne ha. Dove i abaliante ne ha ne? Conseguenze, netteggia, anjam, quei villas che Quando si attraversa, già giudon cross kardeo un incrocio, cioc, in ne, è necessario, fai una zruri e mantenere la massima concentrazione che tu si ziada, ziada tian racco alla guida reming vero? ਜੋ ਚੌਕ ਕ੍ਰਾਸ ਕਰ ਰਹੇ ਹੋ ਉਦੋਂ ਜ਼ਿਆਦਾ ਧਿਆਨ ਕਰਨਾ ਚਾਹੀਦਾ ਕੋਨ ਚੰਤਰਾ ਸੋਨੇ ਆ ਗਿਆ ਜੀ ਸੈਂਪਰੇਵੇਰੋ ਤੇ ਦੋ ਫਾਲਸੋਨੇ ਫਾਲਸੋ ਕੀ ਦੇ ਨਾਲ ਨੇ ਇੱਕ ਹੁੰਦਾ ਹੈ ਸੰਗਵੇਨਾ ਦੂਸਰਾ ਹੁੰਦਾ ਹੈ ਫਾਸੀਲਿਟਾਨਾ ਤੀਸਰਾ ਸਵਾਲ ਇਹ ਪੈਰੀਕਲੋਜ਼ੋ ਕਹਿੰਦਾ ਖਤਰਨਾਕ ਹੈ ਦੌਰਾਨ ਤੇ ਲਗਵੀਦਾ ਡਰਾਈਵਿੰਗ ਦੇ ਦੌਰਾਨ ਦੀ ਸਟੋਲ ਜਿਹੜੇ ਲੋਸ ਗਵਾਰਦੋ ਨਜ਼ਰ ਹਟਾਣਾ ਦਲਾ ਸਤਰਾਦਾ ਸੜਕ ਤੋਂ ਕਹਿੰਦਾ ਸੜਕ ਤੋਂ ਨਜ਼ਰ ਹਟਾਣਾ ਡਰਾਈਵਿੰਗ ਦੇ ਦੌਰਾਨ ਖਤਰਨਾਕ ਹੈ ਅੰਕ ਕੇ ਪਰ ਪੋਕੀ ਮਿਲੀ ਸੈਕੰਡ ਦੀ ਪੋਕੀ ਮਿਲੀ ਸੈਕੰਡ ਦੀ ਵਾਸਤੇ ਵੀ ਮਤਲਬ ਸੈਕੰਡ ਦਾ ਵੀ ਹਜ਼ਾਰਵਾਂ ਹਿੱਸਾ ਜਿਹੜਾ ਨਜ਼ਰ ਹਟਾਈ ਦੀ ਹੈ ਸੜਕ ਤੋਂ ਇਹ ਵੀ ਖਤਰਨਾਕ ਹੁੰਦਾ ਡਰਾਈਵਿੰਗ ਦੌਰਾਨ ਵੇਰੋ ਜੀ ਦੀ ਸਟੋਲ ਜਿਹੜੇ ਹਟਾਣਾ ਲੋਸ ਗਵਾਰਦੋ ਨਜ਼ਰ ਪਰ ਪ੍ਰਵਿਨੀਰ ਇਹ ਕਹਿੰਦਾ ਰੋਕਣੇ ਵਾਸਤੇ ਇਲ ਰਿਸਕਿਓ ਦੀ ਇਨਸੀਡੈਂਤੇ ਜਿਹੜਾ ਐਕਸੀਡੈਂਟ ਦਾ ਖਤਰਾ ਹੁੰਦਾ ਇਹਨੂੰ ਰੋਕਣੇ ਵਾਸਤੇ ਇਲ ਕੁੰਦੂ ਚੈਂਤੇ ਡਰਾਈਵਰ ਜਿਹੜਾ ਦੋਵਰਾਵਲ ਉਤਾਰੇ atentamente ਧਿਆਨ ਦੇ ਨਾਲ ਅੰਦਾਜ਼ਾ ਲਾਵੇ ਇਲ ਕੰਪੋਰਟਮੈਂਟੋ ਜਿਹੜਾ ਰਵਈਆ ਸਲੂਕ ਕੇ ਦੇਲੀ altru utenti della strada 레 살레ਤੇ ਦੂਸਰੇ ਬੰਦੇ ਨੇ ਕਹਿੰਦਾ ਉਹਨਾਂ ਦੇ ਰਵਈਏ ਸਲੂਕ ਦਾ ਧਿਆਨ ਦੇ ਨਾਲ ਅੰਦਾਜ਼ਾ ਲਾਵੇ ਡਰਾਈਵਰ ਐਕਸੀਡੈਂਟ ਨੂੰ ਰੋਕਣੇ ਵਾਸਤੇ ਵੇਰੋ ਅੱਛਾ ਜੀ ਇੱਥੇ ਆ ਗਿਆ altru utenti ਅਲਤਰੀ ਉਤੈਨਤੀ ਦੇ ਦੂਸਰੇ ਬੰਦੇ ਨੇ ਜਿੰਨੇ ਵੀ ਸੜਕ ਦੇ ਉੱਤੇ ਚਾਹੇ ਪੈਦਲ ਚੱਲ ਰਹੇ ਨੇ ਸਾਈਕਲ ਵਾਲੇ ਨੇ ਗੱਡੀ ਗੱਡੀ ਦੇ ਡਰਾਈਵਰ ਨੇ ਇਹ ਸਾਰੇ ਅਲਤਰੀ ਉਤੈਨਤੀ ਵਿੱਚ ਆ ਜਾਂਦੇ ਨੇ। ਔਰ ਇਸ ਅਲਤਰੀ ਉਤੈਨਤੀ ਸੈਂਪਰੇਵੇਰੋ 4 ਫਾਲਸੋ ਨੇ। ਵਲੂਤਾਰੇ ਅੰਦਾਜ਼ਾ ਲਾਣਾ ਸੈਂਪਰੇਵੇਰੋ 2 ਫਾਲਸੋ ਨੇ। ਠੀਕ ਹੈ ਜੀ। ਅਟੈਂਟAMENTE ਮਤਲਬ ਧਿਆਨ ਦੇ ਨਾਲ ਪੰਜਵਾਂ ਦੌਰਾਨ ਤੇ ਲਗਵੀਦਾ ਡਰਾਈਵਿੰਗ ਦੇ ਦੌਰਾਨ ਇਲਕੁੰਡੂਚੈਂਟ ਡਰਾਈਵਰ ਜਿਹੜਾ ਦੇਵੇ ਪ੍ਰਸਤਾਰੇ ਅਟੈਂਸ਼ਿਓਨ ਨੇ ਕਹਿੰਦਾ ਉਹ ਧਿਆਨ ਦੇਵੇ ਸਿਆ ਅਲੀ ਉਟੈਂਤੀ ਉਨਾ ਬਾਨਿਆ ਤੇ ਵੀ ਕੇ ਸੀ ਤਰੋਵਨ ਦਵਾਂਤੀਲ ਪ੍ਰੋਪਰ ਵਹੀਕਲ ਜਿਹੜੀ ਉਹਦੀ ਗੱਡੀ ਦੇ ਅੱਗੇ ਨੇ ਸਿਆ ਆ ਕਲੋਰੋ ਤੇ ਕਹਿੰਦਾ ਉਹਨਾਂ ਤੇ ਵੀ ਦੇਵੇ ਕੇ ਸੀ ਤਰੋਵਨ ਤਰੋਵਨ ਜਿਹੜੇ ਉਹਨੂੰ ਮਿਲਦੇ ਨੇ ਆ ਬੋਰਦੀ ਤੇ ਲਾ ਸਟਰਾਦਾ ਸੜਕ ਦੇ ਕਿਨਾਰੇ ਤੇ ਵੇਰੋ ਦੀ ਚਾਹੇ ਉਹਦੀ ਗੱਡੀ ਦੇ ਅੱਗੇ ਕੋਈ ਬੰਦੇ ਨੇ ਉਹਨਾਂ ਤੇ ਵੀ ਧਿਆਨ ਦੇਣਾ ਹੈ ਸਾਈਡ ਤੇ ਨੇ ਉਹਨਾਂ ਤੇ ਵੀ ਧਿਆਨ ਦੇਣਾ ਹੈ ਪ੍ਰੇਸਟਾਰੇ ਮਤਲਬ ਦੇਣਾ ਸੈਂਪਰੇਵੇਰੋ ਤੇ ਦੋ ਫਾਲਸੋ ਨੇ ਇੱਕ ਵੇਦਾ ਨਾਲ ਹੁੰਦਾ ਹੈ ਔਰ ਇੱਕ ਇਲੀਮਿਟਾਤਾ ਨਾਲ ਹੁੰਦਾ ਹੈ। ਅੱਛਾ ਜੀ। ਠੀਕ ਹੈ ਬਾਕੀ ਹੋਈ ਲਫ਼ਜ਼ ਨੇ। 6 ਲਾdistrazione ਕਹਿੰਦਾ ਧਿਆਨ ਢਾਈਦਾ ਦੌਰਾਨ ਲਗਵਿਦਾ ਡਰਾਈਵਿੰਗ ਦਾ ਦੁਰਾਂ। ਇਹ ਉਹਨਾਂ ਦਾ ਪ੍ਰਿੰਸੀਪਾਲੀ ਕਾਉਸ ਹੈ। ਕਹਿੰਦਾ ਇਹ ਮੇਨ ਵਜਾ ਮੇਨ ਕਾਰਨ ਇਹ ਹੁੰਦਾ ਹੈ। ਦੀ ਇੰਸੀਡੈਂਟੀ ਸੜਕਾਂ ਦੀ ਸੜਕ ਤੇ ਐਕਸੀਡੈਂਟ ਦਾ ਵੇਰ ਉਹ ਜਿਹੜਾ ਮੇਨ ਵਜਾ ਮੇਨ ਕਾਰਨ ਹੁੰਦਾ ਉਹ ਇਹ ਸੜਕ ਤੋਂ ਧਿਆਨ ਟਾਣਾਈਏ ਇਹ ਐਕਸੀਡੈਂਟ ਦੀ ਮੇਨ ਵਜਾ ਬਣਦੀ ਹੈ ਸਿਪੋ ਅਲੇਨਾਰੇ ਕਹਿੰਦਾ ਅਲੇਨਾਰੇ ਕਰ ਸਕਦੇ ਮਤਲਬ ਪ੍ਰੈਕਟਿਸ ਕਰ ਸਕਦੇ ਹੋ ਤੁਸੀਂ ਅਟੈਂਸ਼ਨੇਲਾ ਗੁਇਡਾ ਡਰਾਈਵਿੰਗ ਤੇ ਧਿਆਨ ਕਰਨ ਦੀ ਵੇਰ ਉਹ ਡਰਾਈਵਿੰਗ ਤੇ ਧਿਆਨ ਕਰਨ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਪ੍ਰੈਕਟਿਸ ਕੀ ਇਹ ਮਤਲਬ ਜਿਸ ਗੱਡੀ ਚਲਾ ਰਹੇ ਹੋ ਤੁਸੀਂ ਧਿਆਨ ਰੱਖਣ ਦੀ ਕੋਸ਼ਿਸ਼ ਕਰੋ ਅੱਛਾ ਜੀ ਇਲ ਕੁੰਦੂ ਚੈਂਤੇ ਡਰਾਈਵਰ ਪੋ ਦੀ ਸਟੋਲ ਯਰ ਲੋਸ ਗਵਾਰਡੋ ਕਹਿੰਦਾ ਉਹ ਨਜ਼ਰ ਹਟਾ ਸਕਦਾ ਹੈ ਦਲਸਤਰਾ ਦਾ ਸੜਕ ਤੋਂ ਕੁਆਂਦੋ ਰੀਤੀਏ ਨੇ ਜਦੋਂ ਉਹਨੂੰ ਯਕੀਨ ਹੋਵੇ ਕਿ ਨੌ ਚੀਸੀ ਆ ਪੈਰੀਕੋਲੋ ਇਮੀਨੈਂਟ ਤੇ ਵੀ ਕੋਈ ਖਤਰਾ ਨਹੀਂ ਦੀ ਇਨਸੀਡੈਂਟ ਤੇ ਐਕਸੀਡੈਂਟ ਦਾ ਤੇ ਫਿਰ ਕਹਿੰਦਾ ਨਜ਼ਰ ਹਟਾ ਸਕਦਾ ਹੈ ਫਾਲਸ ਹੋ ਜੀ ਦੀ ਸਟੋਲ ਯਰ ਨੇ ਹਟਾਣਾ ਪੋ ਦੀ ਸਟੋਲ ਯਰ ਹਟਾ ਸਕਦਾ ਹੈ ਲੋਸ ਗਵਾਰਡੋ ਨਜ਼ਰ ਫਾਲਸ ਹੋ ਜੀ ਨਹੀਂ ਹਟਾ ਸਕਦਾ ਇਲ ਕੰਪੋਰਟਮੈਂਟੋ ਦੇਲੀ ਆਲਤਰੀ ਉਤੈਂਤੀ ਕਹਿੰਦਾ ਜਿਹੜੇ ਦੂਸਰੇ ਬੰਦੇ ਨੇ ਸੜਕ ਤੇ ਉਹਨਾਂ ਦਾ ਜਿਹੜਾ ਰਵਈਆ ਸਲੂਕ ਹੈ ਦਲਸਤਰਾ ਦਾ ਸੜਕ ਤੇ ਇਹ ਇਨਫਲੂਐਂਟ ਹੈ ਮਤਲਬ ਇਹਦਾ ਕੋਈ ਅਸਰ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਪਰ ਉਹਨਾਂ ਗੁਇਦਾ ਸਿਕੂਰਾ ਇੱਕ ਮਹਿਫੂਜ਼ ਡਰਾਈਵਿੰਗ ਵਾਸਤੇ ਮਤਲਬ ਇਹ ਕਿ ਇਸ ਕੋ ਜਿਹੜੀ ਇਹ ਕਹਿ ਲੋ ਕਿ ਐਸੀ ਡਰਾਈਵਿੰਗ ਦੀ ਕੋਈ ਖਤਰਾ ਨਾ ਹੋਵੇ ਦੂਸਰਿਆਂ ਦੇ ਰਵਈਏ ਸਲੂਕ ਦਾ ਕੋਈ ਫਰਕ ਨਹੀਂ ਇਹਦੇ ਤੇ ਪੈਂਦਾ ਫਾਲਸੋ ਜੀ ਫਰਕ ਪੈਂਦਾ ਚਾਈਦਾਸਵਾ ਇਲਕੁੰਦੂ ਚੈਂਤੇ ਡ੍ਰਾਈਵਰ ਨੌਨ ਪੋਤਨੇਰੇ ਕੋਨਤੋ ਕਹਿੰਦਾ ਆਪਣੇ ਮਾਈਂਡ ਚ ਰੱਖਣੇ ਜ਼ਰੂਰਤ ਕੋਈ ਨਹੀਂ ਦਿਲ ਕੋਮਪੋਰਟਮੈਂਟੋ ਦੇਲੀ ਆਲਤਰੀ ਉਤੈਂਤੀ ਦੂਸਰੇ ਅੰਦਰ ਰਵਈਏ ਸਲੂਕ ਨੂੰ ਦਲੇ ਇਸ ਤਰ੍ਹਾਂ ਜਿਹੜੇ ਸੜਕਤੇ ਨੇ ਸੇ ਕੋਏਸਤੀ ਉਲਤੀ ਅਗਰੇ ਜਿਹੜੇ ਨੇ ਨੋ ਰਿਸਪੈਟੋਨ ਲਈ ਰੇ ਕੋਲੇ ਦਿਲ ਕੋਦਿਸ਼ੇਲਾਸਤਰਾ ਦਾ ਅਗਰ ਕੋਦਿਸ਼ੇਲਾਸਤਰਾ ਦਾ ਮਤਲਬ ਸੜਕ ਦੇ ਕਾਨੂੰਨ ਰੂਲਸ ਦਾ ਉਹ ਰਿਸਪੈਕਟ ਨਹੀਂ ਕਰ ਰਹੇ ਉਹ ਤੇਮਲ ਨਹੀਂ ਕਰ ਰਹੇ ਤੇ ਕਹਿੰਦੇ ਤੁਹਾਨੂੰ ਇਹਦੇ ਤੇ ਧਿਆਨ ਦੇਣ ਦੀ ਜ਼ਰੂਰਤ ਕੋਈ ਨਹੀਂ ਫਾਲਸ ਹੋਈ ਧਿਆਨ ਦੇਣਾ ਸਾਨੂੰ ਦੇਣਾ ਚਾਹੀਦਾ ਅੱਛਾ ਜੀ ਇੱਥੇ ਵੀ ਉੱਤੇ ਵੀ ਆਲਤਰੀਉਟੈਂਟੀ ਆ ਗਿਆ ਸੀ ਦੱਸਿਆ ਸੀ ਕਿ ਸੈਂਪਰੇ ਵੇਰੋ ਔਰੇ ਚਾਰ ਫਾਲਸ ਹੋਣੇ ਠੀਕ ਹੈ ਇੱਥੇ ਵੀ ਆਇਆ ਹੈ ਆਲਤਰੀਉਟੈਂਟੀ ਸੈਂਪਰੇ ਵੇਰੋ ਚਾਰ ਫਾਲਸ ਹੋਣੇ ਇੱਕ ਇੱਥੇ ਆ ਗਿਆ ਉਲਤੀ ਮੀ ਨਾਲ ਐਸ ਵਾਲ ਦੇ ਵਿੱਚ ਤੇ ਇੱਥੇ ਆ ਜਾਂਦਾ ਇਨਫਲੂਐਂਸ ਦੇ ਨਾਲ ਠੀਕ ਹੈ ਤੇ ਬਾਕੀ ਦੋੜ ਮੈਨੂੰ ਨਹੀਂ ਯਾਦ ਪਈ ਹੁੰਦੇ ਠੀਕ ਹੈ ਅਗਰ ਕਿਸੇ ਨੂੰ ਨਾ ਪਤਾ ਲੱਗੇ ਵੈਸੇ ਪਿੱਛੇ ਦੱਸ ਦੇਣਾ ਮੈਂ ਅਗਰ ਨਾ ਪਤਾ ਲੱਗਾ ਤੇ ਉਹ ਥੱਲੇ ਕਮੈਂਟ ਹੀ ਲਿਖ ਦਿਆ ਜੇ ਮੈਂ ਦੱਸ ਦੇਵਾਂਗਾ ਹਾਂਜੀ ਇੱਕ ਹੋਰ ਲਫ਼ਜ਼ ਵੀ ਇੱਥੇ ਆਇਆ ਕੋਨਤੋ ਕੋਨਤੋ ਜਿਹੜਾ ਇਹ ਸੈਂਪਰੇ ਵੇਰੋ ਤੇ ਤਿੰਨ ਫਾਲਸੋਰੇ ਠੀਕ ਹੈ ਫਾਲਸੋਏ ਕੋਨੇ ਐਕਸਕਲੂਸਿਵAMENTE ਨਾਲ ਇੱਕ ਉਲਤੀਮੀ ਨਾਲ ਤੇ ਇੱਕ ਨਾਨ ਅਕੋਰੇ ਨਾਲ ਇੱਥੇ ਇਹ ਵੀ ਉਲਤੀਮੀ ਨਾਲ ਆ ਗਿਆ ਐ ਵੇਖੋ ਠੀਕ ਹੈ ਜੀ ਅੱਛਾ ਜੀ 11ਵਾਂ ਇਲ ਕੁੰਡੂਚੈਂਤੇ ਡਰਾਈਵਰ ਦੇਵੇ ਕੋਨ ਚੇਂਤਰਾਰਸੀ ਪ੍ਰੇਵਲੈਂਟAMENTE ਕਹਿੰਦਾ ਉਧਿਆਨ ਕਰੇ ਸੁਲਟਰਾਟੋ ਦੀ ਸਟਰਾਡਾ ਸੜਕ ਦੇ ਉਸ ਹਿੱਸੇ ਤੇ ਨੋ ਸੁਪਰਯੂਰੇ ਆਤਰੇ ਮੇਤਰੀ ਅੰਤਿਸਥਾਨ ਤੇ ਜਿਹੜਾ ਉਹਦੇ ਅੱਗੇ ਤੋਂ ਮਤਲਬ ਅੱਗੇ ਵਾਲੀ ਸੇਤੂ 3 ਮੀਟਰ ਜ਼ਿਆਦਾ ਨਾ ਹੋਵੇ ਇਲਸੋ ਵਹੀਕਲ ਉਹਦੀ ਗੱਡੀ ਦੇ ਮਤਲਬ ਜਿਹੜਾ ਉਹਦੇ ਗੱਡੀ ਦੇ ਅੱਗੇ 3 ਮੀਟਰ ਹੀ ਸੈਨ ਉੱਥੋਂ ਤੱਕ ਹੀ ਧਿਆਨ ਕਰੇ ਅੱਗੇ ਧਿਆਨ ਨਾ ਕਰੇ ਫਾਇਲਸੋ ਜੀ ਅੱਗੇ ਵੀ ਧਿਆਨ ਕਰਨਾ ਹੁੰਦਾ 12ਵਾਂ ਲੈ ਟੈਂਸਿਓਨੇ ਅਲਾ ਗੁਈਦਾ ਕਹਿੰਦਾ ਹੈ ਡਰਾਈਵਿੰਗ ਦੇ ਦੌਰਾਨ ਧਿਆਨ ਕਰੀਦਾ ਏ ਇਮਪੋਰਟਾਂਤੇ ਵੇ ਸੋਲੋ ਕਵਾਂਡੋ ਸਿਰਫ ਉਹਦਨ ਯਾ ਉਹਦੋ ਸੀ ਕੰਪੀਓਨੋ ਮਨੋਵਰੇ ਪੈਰੀ ਕਲੋਜ਼ ਹੈ ਜਦੋਂ ਤੁਸੀਂ ਮਨੋਵਰੇ ਪੈਰੀ ਕਲੋਜ਼ ਇਹ ਕਰਦੇ ਹੋ ਮਤਲਬ ਕੋਈ ਖਤਰਨਾਕ ਮੂਵਮੈਂਟ ਕਰਦੇ ਹੋ ਕੁਆਲੀ ਅੱਦ ਇਗਜ਼ੈਂਪਲ ਯੂ ਇਗਜ਼ੈਂਪਲ ਦੇ ਰਿਹਾ 950 ਵੇ ਜਦੋਂ ਤੁਸੀਂ ਓਵਰਟੇਕ ਕਰਦੇ ਹੋ ਉਦੋਂ ਧਿਆਨ ਕਰੇ ਫਾਲਸੋ ਜੀ ਸਿਰਫ ਉਦੋਂ ਹੀ ਨਹੀਂ ਧਿਆਨ ਕਰਨਾ ਹੁੰਦਾ ਨਾਰਮਲ ਜਦੋਂ ਗੱਡੀ ਚਲਾ ਰਹੇ ਹੋ ਤੇ ਫਿਰ ਵੀ ਧਿਆਨ ਕਰਨਾ ਹੁੰਦਾ ਹੈ ਅੱਛਾ ਜੀ ਇੱਥੇ ਇਗਜ਼ੈਂਪਲ ਲਫ਼ਜ਼ ਆਇਆ ਹੈ ਸੈਂਪਰੇ ਵੇਰੋ ਦੋ ਫਾਲਸੋਨੇ ਐਜੈਂਪੀਓ ਠੀਕ ਹੈ ਇੱਕ ਹੁੰਦਾ ਸੋਲੋ ਨਾਲ ਤੇ ਇੱਕ ਤੂਤੀ ਨਾਲ ਇੱਥੇ ਸੋਲੋ ਨਾਲ ਆ ਗਿਆ ਇੱਕ ਸੋਲੋ ਆ ਗਿਆ ਠੀਕ ਹੈ ਦੂਸਰਾ ਵੇ ਤੂਤੀ ਨਾਲ ਮਨੋਵਰੇ ਪੈਰੀ ਕਲੋਜ਼ ਹੈ ਮਨੋਵਰੇ ਪੈਰੀ ਕਲੋਜ਼ ਹੈ ਖਤਰਨਾਕ ਮੂਵਮੈਂਟ ਕਰਨਾ ਮਤਲਬ ਜਿੱਤਨਾ ਅਸੀਂ ਯੋ ਅਵਰਟੇ ਕਰਨਾ ਗੱਡੀ ਅਗਾ ਪਿਛਾ ਕਰਨਾ ਗੱਡੀ ਮੋੜਨਾ ਇਹ ਸਾਰੇ ਮਨੋਵਰੇ ਹੀ ਹੁੰਦੇ ਨੇ ਲਓ ਜੀ 926 ਤੇ ਲਾਸਟ ਪੇਜ ਹੈ 23 ਨੰਬਰ ਚੈਪਟਰ ਦਾ ਇੱਥੇ ਵੀ ਉਹੀ ਚੀਜ਼ਾਂ ਨੇ ਜੀ ਵਈ ਗੱਡੀ ਚਲਾਉਂਦੇ ਹਾਂ ਜਿਹੜਾ ਮਿਊਜ਼ਿਕ ਸੁਣੀਦਾ ਹੈ ਇਹਦਾ ਡਰਾਈਵਿੰਗ ਤੇ ਅਸਰ ਪੈ ਸਕਦਾ ਹੈ ਸਿਰ ਗੜ ਲਾਇਦਾ ਹੈ ਜਿਹੜੀ ਗੱਡੀ ਦੇ ਵਿੱਚ ਬੰਦੇ ਬੈਠੇ ਨੂੰ ਨਾਲ ਗੱਲਬਾਤ ਕਰੀ ਦੀਏ ਜਾਂ ਉਹ ਵਾਪਸ ਅਚਕਾਰ ਰਹੇ ਨੇ ਇਹਦਾ ਵੀ ਡਰਾਈਵਿੰਗ ਤੇ ਧਿਆਨ ਜਿਹੜੀ ਕਪੈਸਿਟੀ ਹੁੰਦੀ ਉਹ ਘਟਾਂਦਾ ਹੈ ਮਤਲਬ ਡਰਾਈਵਰ ਦਾ ਧਿਆਨ ਇਸ ਚੀਜ਼ ਡਰਾਈਵਿੰਗ ਵੱਲ ਵਟ ਜਾਂਦਾ ਹੈ ਠੀਕ ਹੈ ਬਾਕੀ ਉਹੀ ਚੀਜ਼ਾਂ ਨੇ ਕਿ ਰੇਡੀਓ ਵਗੈਰਾ ਛੇੜਨਾ ਜਾਂ ਇਹਨਾਂ ਚੀਜ਼ਾਂ ਨਾਲ ਡਰਾਈਵਿੰਗ ਤੋਂ ਧਿਆਨ ਅਟਦਾ ਹੈ ਦੁਰਾਂਤਿ ਲਾ ਗੁਈਦਾ ਡਰਾਈਵਿੰਗ ਦੇ ਦੌਰਾਨ ਲਾ ਪ੍ਰੇਚੀਜ਼ਿਓਨੇ ਜਦੋਂ ਮਹਿਸੂਸ ਕਰੇ ਮਹਿਸੂਸ ਕਰੋ ਦੀ ਉਨ ਪੈਰੀਕੋਲੋ ਖਤਰਾ ਇਲਾ ਕੋਂਸੇਗੁਐਂਤੇ ਰੀਐਕਸਿਓਨੇ ਦਲ ਕੋਂਡੂਚੈਂਤੇ ਤੇ ਕਦ ਜਦੋਂ ਡਰਾਈਵਰ ਖਤਰਾ ਮਹਿਸੂਸ ਕਰੇ ਤੇ ਡਰਾਈਵਰ ਦੇ ਰੀਐਕਸ਼ਨ ਦੇ ਨਤੀਜੇ ਦੇ ਵਿੱਚ ਸੋਨੋ ਇਨਫਲੂਐਂਸਾਟੇ ਕਹਿੰਦਾ ਇਹਦਾ ਅਸਰ ਪਵੇਗਾ ਦਲੇ ਕੋਂਡੀਸਿਓਨੀ ਅੰਬੀਐਂਟਾਲੀ ਜਿਹੜਾ ਮਾਹੌਲ ਹੈ ਉਹਦੀ ਕੰਡੀਸ਼ਨ ਹਾਲਤ ਹੈ ਵੇਰੋ ਅੱਛਾ ਇਹ ਸਵਾਲ ਥੋੜਾ ਅਜੀਬ ਜਾਵੇ ਲੇਕਿਨ ਇਹਨੂੰ ਸਮਝ ਲੈਣਾ ਇਸ ਤਰ੍ਹਾਂ ਜਦੋਂ ਡਰਾਈਵਰ ਨੂੰ ਖਤਰਾ ਮਹਿਸੂਸ ਹੋਵੇ ਤੇ ਡਰਾਈਵਰ ਦੇ ਰਿਐਕਸ਼ਨ ਦੇ ਨਤੀਜੇ ਦੇ ਵਿੱਚ ਜਿਹੜਾ ਮਾਹੌਲ ਹੈ ਉਹਦੇ ਉੱਤੇ ਅਸਰ ਪਵੇਗਾ ਵੇਰੋ ਅੱਛਾ ਜੀ ਰਿਐਕਸ਼ਨੇ ਦਲ ਕੁੰਡੂਚੈਂਤੇ ਡਰਾਈਵਰ ਦਾ ਰਿਐਕਸ਼ਨ ਹਾਂਜੀ ਐਪ੍ਰੀਚੀਜ਼ਿਓ ਨਹੀਂ ਆਇਆ ਇਹਦਾ ਮਤਲਬ ਮਹਿਸੂਸ ਕਰਨਾ ਫੀਲ ਕਰਨਾ ਇਨਫਲੂਐਂਸਾਤੇ ਅਸਰ ਪੈਣਾ ਕੋਂਡੀਸ਼ਿਓਨੀ ਐਂਬੀਐਂਟਾਲੀ ਐਂਬੀਐਂਟਾਲੀ ਮਾਹੌਲ ਤੇ ਆਨਸੀਆ ਜਿਹੜੀ ਪਰੇਸ਼ਾਨੀ ਘਬਰਾਹਟ ਹੈ ਪੂਰੀ ਦੂਰੇ ਲੱਗਾ ਪਛਤਾ ਕੈਨੇ ਕਪੈਸਿਟੀ ਘਟਾ ਸਕਦੀ ਏ ਦੀ ਪ੍ਰਸਤਾਰੇ ਅਟੈਂਸ਼ਨ ਨੇ ਧਿਆਨ ਦੇਣ ਵਾਲੀ ਨੂੰ ਆਈ ਪੈਰੀਕੋਲੀ ਖਤਰਿਆਂ ਤੇ ਵੇਰ ਉਹਦੀ ਜਦੋਂ ਬੰਦਾ ਪਰੇਸ਼ਾਨ ਹੁੰਦਾ ਤੇ ਗੱਡੀ ਚਲਾਉਂਦਾ ਜਿਹੜਾ ਕੋਈ ਖਤਰਾ ਹੁੰਦਾ ਉਸ ਚੀਜ਼ ਤੋਂ ਧਿਆਨ ਹਟ ਜਾਂਦਾ ਮਤਲਬ ਬੰਦਾ ਉਤਨਾ ਧਿਆਨ ਨਹੀਂ ਦੇ ਸਕਦਾ ਕਿਉਂਕਿ ਦਿਮਾਗ ਕਿਤੇ ਹੋਰ ਤੇ ਹੁੰਦਾ ਏ ਇਸ ਵਾਸਤੇ ਪ੍ਰਸਤਾਰੇ ਆ ਗਿਆ ਜੀ ਮਤਲਬ ਦੇਣਾ ਸੈਂਪਰੇ ਵੇਰੋ ਦੋ ਫਾਲਸੋ ਰਿਦੂਰੇ ਪੋਰੀ ਦੂਰੇ ਘਟ ਸਕਦਾ ਹੈ ਕੋਨ ਦੋ ਸੀਏ ਲਗਵੀ ਦਾ ਜਦੋਂ ਗੱਡੀ ਚਲਾ ਰਹੇ ਹੋ ਡਰਾਈਵਿੰਗ ਕਰ ਰਹੇ ਹੋ ਲਾ ਕਪਾਚਿਤਾ ਦੀ ਅਟੈਂਸ਼ਨ ਹੈ ਜਿਹੜੀ ਧਿਆਨ ਕਰਨ ਵਾਲੀ ਕਪੈਸਿਟੀ ਹੈ ਪੋ ਇਸਰੇ ਇਨਫਲੂਐਂਸਾ ਤਾ ਕਹਿੰਦੇ ਨੇ ਤੇ ਅਸਰ ਪੈ ਸਕਦਾ ਹੈ ਆਂ ਕੇ ਦਲ ਅਸਕੋਲ ਤੋਂ ਦੀ ਮਿਊਜ਼ਿਕ ਆ ਮਿਊਜ਼ਿਕ ਸੁਣਨ ਦੇ ਨਾਲ ਆ ਵਲੂਮੇ ਮੋਲ ਤੋਂ ਆਲ ਤੋਂ ਜ਼ਿਆਦਾ ਉੱਚੀ ਆਵਾਜ਼ ਵਿੱਚ ਵੇਰੋ ਇਹਦਾ ਵੀ ਫਰਕ ਪਵੇਗਾ ਪਰਲਾਰੇ ਅਨਿਮੋਜ਼ਾਮੈਂਟ ਉਸੇ ਨਾਲ ਗੱਲ ਕਰਦੇ ਹੋ ਕੋਨ ਆਲਤਰੇ ਪਰਸੋਨੇ ਦੂਸਰੇ ਆਮ ਬੰਦਿਆਂ ਦੇ ਨਾਲ ਆ ਬੋਰਦੋ ਦਲ ਵਹੀਕਲ ਜਿਹੜੇ ਗੱਡੀ ਦੇ ਵਿੱਚ ਬੈਠੇ ਨੇ ਪੋ ਇਨਫਲੂਐਂਸ ਸਾਰੇ ਨੈਗੇਟਿਵਮੈਂਟ ਕਹਿੰਦੇ ਦਾ ਨੈਗੇਟਿਵ ਅਸਰ ਪਵੇ ਦਾ ਇਲ ਕੰਪੋਰਟਮੈਂਟੋ ਦੀ ਗੁਇਦਾ ਡਰਾਈਵਿੰਗ ਤੇ ਵੇਰੋ ਤੁਸੀਂ ਗੱਡੀ ਚਲਾ ਰਹੇ ਹੋ ਜਿਹੜੇ ਗੱਡੀ ਵਿੱਚ ਦੂਸਰੇ ਬੰਦੇ ਬੈਠੇ ਨੇ ਉਹਨਾਂ ਨਾਲ ਤੁਸੀਂ ਗੁੱਸੇ ਵਿੱਚ ਗੱਲ ਕਰ ਰਹੇ ਹੋ ਤੇ ਇਹਦਾ ਵੀ ਡਰਾਈਵਿੰਗ ਤੇ ਅਸਰ ਪਵੇਗਾ ਕਿਉਂਕਿ ਤੁਹਾਡਾ ਧਿਆਨ ਹਟ ਜਾਏਗਾ ਅੱਛਾ ਜੀ ਐਨੀਮੋਸAMENTE ਗੁਸੇ ਪਰਲਾਰੇ ਐਨੀਮੋਸAMENTE ਗੁਸੇ ਨਾਲ ਗੱਲ ਕਰਨਾ ਇਨਫਲੂਐਂਸਾਰੇ ਅਸਰ ਪੈਣਾ ਨੈਗੇਟਿਵਲੀ ਨੈਗੇਟਿਵ ਬੋਰਡੋਦਲ ਵਹੀਕੂਲ ਮਤਲਬ ਵੜੇ ਗੱਡੀ ਦੇ ਵਿੱਚ ਬੰਦੇ ਨੇ ਲਾ ਪ੍ਰੇਜ਼ੈਂਸਾ ਦੀ ਪਾਸਾਜੇਰੀ ਕਨੈ ਪਾਸੰਜਰ ਮੌਜੂਦ ਨੇ ਕਿਸ ਕੇ ਮਾਸਾਨੋ ਜਿਹੜੇ ਗੱਲਬਾਤ ਕਰ ਰਹੇ ਨੇ ਜਾਂ ਕਿਹ ਲੋ ਗੱਪਸ਼ਪ ਲਾ ਰਹੇ ਨੇ ਅ ਬੋਰਡੋਦਲ ਵਹੀਕੂਲ ਗੱਡੀ ਦੇ ਅੰਦਰ ਪੋ ਇਨਫਲੂਐਂਸਾਰੇ ਕਹਿੰਦੇ ਇਹਦਾ ਵੀ ਅਸਰ ਪੈ ਸਕਦਾ ਲ ਕੋਨਕਨਤਰਾਸਿਓਨੇ ਦਲ ਕੁੰਦੂਚੈਂਤੇ ਡਰਾਈਵਰ ਦੇ ਧਿਆਨ ਕਰਨੇ ਤੇ ਫੇਰੋ ਅਗਰ ਵਿੱਚ ਬੰਦੇ ਬੈਠੇ ਨੇ ਦੂਸਰੀ ਗੱਡੀ ਵਿੱਚ ਉਹ ਆਪਸੇ ਬਿਸ਼ੱਕ ਗੱਲਬਾਤ ਕਰ ਰਹੇ ਹੋਣ ਫੇਰ ਵੀ ਡਰਾਈਵਰ ਦਾ ਧਿਆਨ ਜਿਹੜਾ ਹੈ ਉਹ ਅਟ ਸਕਦਾ ਉਹ ਦੀ ਡਰਾਈਵਿੰਗ ਤੇ ਅਸਰ ਪੈ ਸਕਦਾ 6ਮਾ ਕੋਨਕਨਤਰੇ ਲਾ ਪ੍ਰੋਪਰੀਆ ਅਟੈਂਸਿਓਨੇ ਕਹਿੰਦੇ ਦਾ ਧਿਆਨ ਕਰੀਦਾ ਜਿਹੜਾ ਅਸੀਂ ਧਿਆਨ ਕਰਨੇ ਆ ਸੂਲੇ ਇੰਦੀਕਾਸਿਓਨੇ ਦਲ ਨਵੀਗਾਟੋਰੇ ਸਤਲੇਟਾਰੇ ਤੇ ਮੈਨੂੰ ਨੇਵੀਗੇਟਰ ਹੁੰਦਾ ਉਹ ਜਿਹੜਾ ਦੱਸ ਰਿਹਾ ਹੁੰਦਾ ਰਸਤਾ ਉਹਦੇ ਤੇ ਜਿਹੜਾ ਸਿਧਿਆਨ ਕਰਨੇ ਆ ਪੋਰ ਰਿਪ੍ਰੇਜ਼ੈਂਟਾਰੇ ਉਨ ਐਲੀਮੈਂਟੋ ਕਹਿੰਦੇ ਉਹ ਵੀ ਇੱਕ ਚੀਜ਼ ਹੋ ਸਕਦੀ ਏ ਦੀ ਡਿਸਟ੍ਰੈਸਿਓਨੇ ਅਲਾ ਗੁਈਦਾ ਡਰਾਈਵਿੰਗ ਤੋਂ ਧਿਆਨ ਠਾਣੇ ਵਾਲੀ ਬੇਰੋਜੀ ਇਹ ਵੀ ਹੋ ਸਕਦੀ ਏ ਸਤਵਾਂ ਉਤਲੀਜ਼ਾਰੇ ਇਲ ਚੈਲੂਲਾਰੇ ਮੋਬਾਈਲ ਇਸਤੇਮਾਲ ਕਰਦੇ ਹੋ ਅਲਾ ਗੁਈਦਾ ਡਰਾਈਵਿੰਗ ਤੇ ਡਰਾਈਵਿੰਗ ਗੱਡੀ ਚਲਾਣੇ ਹੋਇਆ ਇਹ ਪੈਰੀਕਲੋਜ਼ ਕਹਿੰਦਾ ਖਤਰਨਾਕ ਏ ਪਰ ਕਿਉਂ ਰਿਡੂਸੇ ਅਟੈਂਸ਼ਨੇ ਐ ਧਿਆਨ ਘਟਾਵੇ ਦੀ ਅਲਸਤਰਾ ਦਾ ਸੜਕ ਤੋਂ ਵੇਰੋ ਅਗਰ ਮੋਬਾਈਲ ਇਸਤੇਮਾਲ ਕਰ ਰਹੇ ਹੋ ਤੇ ਡਰਾਈਵਰ ਦਾ ਸੜਕ ਤੋਂ ਧਿਆਨ ਘਟ ਜਾਏਗਾ ਉਤਲਿਜ਼ਾਰੇ ਇਲ ਚੇਲੂਲਾਰੇ ਅਲਾ ਗੁਇਦਾ ਡਰਾਈਵਿੰਗ ਦੇ ਦੌਰਾਨ ਮੋਬਾਈਲ ਯੂਜ਼ ਕਰ ਰਹੇ ਹੋ ਆਂਕੇ ਸੇ ਕੋਨ ਇੰਪੀਆਨਟੋ ਵਿਵਵੋਚੇ ਭਾਵੇਂ ਵਿਵਵੋਚੇ ਨਾਲ ਇਸਤੇਮਾਲ ਪੇ ਕਰਦੇ ਹੋ ਕੈਲੋ ਕਾਸਟਾ ਸਪੀਕਰ ਓਪਨ ਕੀਤੇ ਆ ਜਾਂ ਤੁਸੀਂ ਹੈਡਫੋਨ ਯੂਜ਼ ਕਰਦੇ ਹੋ ਪੇ ਪੋਰੀ ਦੂਰੇ ਅਟੈਂਸ਼ਨੇ ਕਹਿੰਦਾ ਫਿਰ ਵੀ ਧਿਆਨ हट ਸਕਦਾ ਹੈ ਅਲਸਤਰਾ ਦਾ ਸੜਕ ਤੋਂ ਵੇਰੋ ਜੀ ਫਿਰ ਵੀ ਧਿਆਨ हट ਸਕਦਾ ਅੱਛਾ ਜੀ ਅੱਠਵਾਂ ਨਾਮਾ ਅਟੈਂਸ਼ਨੇ ਅਲਾ ਗੁਇਦਾ ਕਹਿੰਦੇ ਡਰਾਈਵਿੰਗ ਤੇ ਧਿਆਨ ਡਰਾਈਵਿੰਗ ਕਰਦੇ ਹੋਏ ਧਿਆਨ ਦੇਈਦਾ ਦਿਮਨੂਈ ਛੇ ਤੇ ਇੱਕ ਘਟ ਜਾਏਗਾ ਕਵਾਂਦੋ ਸੀਏ ਅਫਤਿਕਾਤੀ ਜਦੋਂ ਤੁਸੀਂ ਅਫਤਿਕਾਤ ਯੋਗ ਮਤਲਬ ਥੱਕ ਗਏ ਹੋ ਮੇਰੋ ਥੱਕ ਗਏ ਹੋ ਫਿਰ ਵੀ ਡਰਾਈਵਿੰਗ ਤੋਂ ਧਿਆਨ ਹਟ ਜਾਏਗਾ ਹਟ ਜਾਏ ਦਾ ਮਤਲਬ ਇਹ ਕੱਟ ਜਾਏ ਥੋੜਾ ਦੀ ਮਿਨੂਸ਼ੇ ਕੱਟ ਜਾਣਾ ਕੰਮ ਹੋ ਜਾਣਾ ਇੰਪੋਸਟਾਰੇ ਇ ਨਾਵਿਗਾਟੋਰੇ ਸਤਲੀਤਾਰੇ ਵਾ ਜਿਹੜੀ ਨੈਵੀਗੇਟਰ ਦੀ ਇੰਪੋਸਟਾਰੇ ਕਰੇ ਦੀ ਹੈ ਸੈਟਿੰਗ ਕਰੇ ਦੀ ਹੈ ਮੈਂ ਤੇਰੇ ਸੀ ਗੁਈਦਾ ਜਦੋਂ ਗੱਡੀ ਚਲਾ ਰਹੇ ਹੋ ਰਿਦੂਚੇ ਅਟੈਂਸੀਓਨੇ ਅਲਾ ਸਟਰਾਦਾ ਫਿਰ ਵੀ ਕਹਿੰਦਾ ਸੜਕ ਤੂੰ ਧਿਆਨ ਜਿਹੜਾ ਉਹ ਰਿਦੂਚੇ ਹੋ ਜਾਏਗਾ ਕੱਟ ਜਾਏਗਾ ਵੇਰੋ ਇਨੋਸਟਰੀ ਸੈਂਸੀ ਕੰਡੜੀ ਸਾਡੀ ਸੈਂਸ ਹੁੰਦੀ ਏ ਨੌਰ ਯੇਸ ਕੋਨੋ ਅਕੋਗਲਿਰੇ ਐ ਸਮਝ ਨਹੀਂ ਸਕਦੀ ਤੂ ਟਿਲੀ ਸਟੀਮੋਲੀ ਜਿਤਨੀਆਂ ਵੀ ਨਿਸ਼ਾਨੀਆਂ ਨੇ ਅਲਾਮਤਾਂ ਨੇ ਪ੍ਰੇਜ਼ੈਂਤੀ ਮੌਜੂਦ ਨਿਲ ਅੰਬੀਐਂਟੇ ਮਾਹੌਲ ਦੇ ਵੇਰੋ ਜਿਹੜੀ ਸਾਡੀ ਸੈਂਸ ਹੁੰਦੀ ਏ ਉਹ ਜਿੰਨੀਆਂ ਮਾਹੌਲ ਦੇ ਵਿੱਚ ਚੀਜ਼ਾਂ ਨੇ ਹਰ ਇੱਕ ਚੀਜ਼ ਨੂੰ ਅਸੀਂ ਨਹੀਂ ਸਮਝ ਸਕਦੇ ਠੀਕ ਹੈ ਵੇਰੋ ਇਹ ਦੋ ਤਿੰਨ ਸਵਾਲ ਥੋੜੇ ਅਜੀਬ ਜੇ ਨੇ ਲੇਕਿਨ ਐਂਡ ਹੋਣ ਇਸ ਤਰ੍ਹਾਂ ਦੇ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਸਮਝਣਾ ਹੁਣ ਬੜੇ ਬੰਦੇ ਸਵਾਲ ਕਰਦੇ ਸਾਜੀ ਇਹਦਾ ਕੀ ਡਰਾਈਵਿੰਗ ਨਾਲ ਤਾਂ ਲੈ ਕੇ ਤੇ ਕੁਝ ਉਹ ਵੈਰੀ ਜੁਨਾ ਰੱਖੇ ਆ ਨਾ ਅੱਛਾ ਜੀ ਬਾਰਵਾਂ ਲੈ ਇਮੋਸ਼ਨੀ ਜਿਹੜੇ ਇਮੋਸ਼ਨ ਜਿਸ ਬਾਤ ਨੇ ਇਨਫਲੂਐਂਸਾ ਨੂੰ ਇਹਨਾਂ ਦਾ ਅਸਰ ਪੈਂਦਾ ਲਾ ਨੋਸਟਰਾ ਟੈਂਸ਼ਨੇ ਸਾਡੇ ਧਿਆਨ ਕਰਨੇ ਤੇ ਵੈਰੋ ਜੀ ਜਿਹੜੇ ਸਾਡੇ ਇਮੋਸ਼ਨ ਜਿਸ ਬਾਤ ਹੋਏ ਮਤਲਬ ਖੁਸ਼ੀ ਗਮੀ ਇਹਨਾਂ ਦਾ ਡਰਾਈਵਿੰਗ ਤੇ ਅਸਰ ਪੈਂਦਾ ਦੀਨ ਪ੍ਰੋਸੀਮਿਟਾ ਦੀ ਉਨ ਇਨਕ੍ਰੋਚੋ ਕੈਂਦਾ ਚੌਕ ਦੇ ਨਜ਼ਦੀਕ ਉਨ ਕੰਡੂਚੈਂਤੇ ਡਰਾਈਵਰ ਪੋ ਅਰੇਸਟਾਰ ਸੀ ਰੁਕ ਸਕਦਾ ਮੈਂ ਤੇਰੇ ਅਤੈਂਦੇ ਇਲ ਪਾਸਾਜੋ ਦੀ ਆਲਤਰੀ ਵੇਇਕੂਲੀ ਤੇ ਦੂਸਰੀਆਂ ਗੱਡੀਆਂ ਦੇ ਗੁਜ਼ਰਨ ਦਾ ਇੰਤਜ਼ਾਰ ਕਰ ਰਿਹਾ ਪੋ ਇਨ ਵਿਆਰੇ ਉਨ ਰਾਪੀਡੋ ਮੈਸਾਜੋ ਕੈਂਦਾ ਜਲਦੀ ਦੇ ਨਾਲ ਮੈਸੇਜ ਸੈਂਡ ਕਰ ਸਕਦਾ ਕੋਨ ਇਲ ਚਲੂ ਲਾਰੇ ਮੋਬਾਈਲ ਦੇ ਨਾਲ ਫਾਲਸੋ ਜੀ ਗੱਡੀ ਚਲਾਦੇ ਮੋਬਾਈਲ ਇਸਤੇਮਾਲ ਕਰ ਨਹੀਂ ਸਕਦਾ ਇਹ ਗੱਲ ਜ਼ਰੂਰ ਰੱਖਣੀ ਹੈ अच्छा जी अटेंड इंतजार करना पसा जो गुजरने दा दियलतरी वेइकल दूसरीया गड्डियां दे इन वीआर एसेंड करना रापी दो मेसेजो जल्दी नाल मेसेज दौरान लाग विदा ड्राइविंग दे दौरान कोलोराइल कुंडुचेंटे जबो ड्राइवर रीतेंगा ओनु लगे के ओनु यकीन होवे के नॉन वीसी या पेरिकलो इमिनेनते वे कोई खतरा नहीं ਪੋ ਕੋਮਪੋਰੇ ਉਹ ਡਾਇਲ ਕਰ ਸਕਦਾ ਹੈ ਉਹ ਨੂਮੇਰੋ ਦੀ ਟੈਲੀਫੋਨ ਨੂੰ ਇੱਕ ਟੈਲੀਫੋਨ ਨੰਬਰ ਕੋਨ ਸੈਲੂਲਰ ਮੋਬਾਈਲ ਦੇ ਨਾਲ ਸੈਂਸਾ ਫਿਰ ਮਾਰ ਸੀ ਬਿਨਾ ਰੁਕਣੇ ਤੋਂ ਫਾਲਸੋ ਜੀ ਦੁਰਾਂਟੇ ਲਗੂ ਵਿਦਾ ਡਰਾਈਵਿੰਗ ਦੇ ਦੌਰਾਨ ਲਾ ਪ੍ਰੈਸੀਜਿਓਨੇ ਦੀ ਉਨ ਪੈਰੀਕੋਲੋ ਜਦੋਂ ਖਤਰਾ ਮਹਿਸੂਸ ਹੋਵੇ ਐ ਲਾ ਕੋਂਸੇਗੁਐਂਟੇ ਰੀਐਸਿਓਨੇ 델 ਕੁੰਡੂਚੈਂਤੇ 델 ਡ੍ਰਾਈਵਰ ਦੇ ਰਿਐਕਸ਼ਨ ਦੇ ਨਤੀਜੇ ਦੇ ਵਿੱਚ ਨੌਨ ਸੋਨੋ ਇਨਫਲੂਐਂਸਾਤ ਹੈ ਕਹਦਾ ਹੈ ਅਸਰ ਨਹੀਂ ਪੈਣ ਲਗਾ ਜਾਂ ਕਿ ਲ ਕੋਈ ਫਰਕ ਨਹੀਂ ਪੈਣ ਲਗਾ ਦਲੇ ਕੰਡੀਸ਼ਨੀਆਂ ਅੰਬੀਐਂਟਾਲੀ ਜਿਹੜਾ ਮਾਹੌਲ ਏ ਉਹਦੀ ਹਾਲਤ ਦੇ ਉੱਤੇ ਕੋਈ ਫਰਕ ਨਹੀਂ ਪੈਣ ਲਗਾ ਫਾਲਸ ਹੋਜੀ ਪਵੇਗਾ ਫਰਕ ਠੀਕ ਹੈ ਹੁਣ ਇਹ ਸਵਾਲ ਤੇ ਉੱਤੇ ਜਿਹੜਾ ਪਹਿਲਾ ਸਵਾਲ ਪੜਿਆ ਸੀ ਇਹਦੇ ਵਿੱਚ ਸਿਰਫ ਇੱਕ ਲਫ਼ਜ਼ ਦੀ ਚੇਂਜਿੰਗ ਏ ਉਹ ਵੇ ਨੌਨ ਦੀ ਠੀਕ ਹੈ ਕੈਰੇ ਕੌਨਸੀਗੁਐਂਤੇ ਰੀਐਕਸਿਓਨੇ ਡੇਲ ਕੰਡੂਚੈਂਤੇ ਦੇ ਡ੍ਰਾਈਵਰ ਦੇ ਰੀਐਕਸ਼ਨ ਦੇ ਨਤੀਜੇ ਵਿੱਚ ਨੌਨ ਸੋਨੋ ਇਨਫਲੂਐਂਸਾ ਤੇ ਵਈ ਅਸਰ ਨਹੀਂ ਪੈਣ ਲਗਾ ਜਾਂ ਕੋਈ ਫਰਕ ਨਹੀਂ ਪੈਣ ਲਗਾ ਦਲੇ ਕੰਡੀਸ਼ਨੀ ਅੰਬੀਅੰਟਾਲੀ ਮਾਹੌਲ ਦੇ ਹਾਲਾਤ ਦੇ ਉੱਤੇ ਫਾਲਸ ਹੋ ਜੀ ਫਰਕ ਪਵੇਗਾ ਅੱਛਾ ਹੁਣ ਧਿਆਨ ਰੱਖਣਾ ਹੈ ਇੱਥੇ ਨੇ ਕਿਹਾ ਕਿ ਨੌਨ ਸੋਨੋ ਇਨਫਲੂਐਂਸ ਆਤੇ ਪਹਿਲਾ ਹੁਣ ਉੱਤੇ ਜਾ ਕੇ ਸਵਾਲ ਵੇਖਨੇ ਆ ਇੱਥੇ ਵੇਖੋ ਕਹਿ ਰਿਹਾ ਕੌਨਸੀਗੁਐਂਟ ਰਿਐਕਸ਼ਨ ਦਲ ਕੁੰਦੂ ਚੈਂਤੇ ਡਰਾਈਵਰ ਦੇ ਰਿਐਕਸ਼ਨ ਦੇ ਨਤੀਜੇ ਵਿੱਚ ਸੋਨੋ ਇਨਫਲੂਐਂਸ ਆਤੇ ਬਈ ਫਰਕ ਪਵੇਗਾ ਦਲੇ ਕੰਡੀਸ਼ਨੀ ਅੰਬੀਅੰਟਾਲੀ ਕਹਿ ਲੋ ਕਿ ਮਾਹੌਲ ਨੂੰ ਵੇਰੋ ਠੀਕ ਹੈ ਰਵੈਕ ਕੋ ਸਿੱਤੇ ਸੋਲੋ ਕੀ ਹੈ ਉਹਦੇ ਵਿੱਚ ਉਹਨੇ ਨੌਨ ਯੂਜ਼ ਕੀਤਾ ਹੈ ਇਹਨਾਂ ਦੋਹਾਂ ਸਵਾਲਾਂ ਨੂੰ ਧਿਆਨ ਰੱਖਣਾ ਹੈ ਜਿਹਦੇ ਵਿੱਚ ਨੌਨ ਯੂਜ਼ ਹੋਇਆ ਹੈ ਉਹ ਫਾਲਸ ਹੋਏ ਕੰਡੀਸ਼ਨਿ ਅੰਬੀਐਂਟਾਲੀ ਐ ਸੋਕਾ ਸਿਰਫ ਮਾਹੌਲ ਹੀ ਪੜ ਦਿਓ ਠੀਕ ਹੈ ਕੰਡੀਸ਼ਨ ਦਾ ਮਤਲਬ ਪੜਨ ਜ਼ਰੂਰਤ ਕੋਈ ਨਹੀਂ ਕੋਈ ਫਰਕ ਪੈਂਦਾ ਮੈਂਟਰੇ ਇਲ ਵੈਕੋਲੋ ਕਹਿੰਦਾ ਜਦੋਂ ਗੱਡੀ ਇਨ ਮਾਰਚਾ ਚੱਲਦੀ ਹੈ ਭਈ ਇਲ ਕੰਡੂਕਟੈਂਟ ਡਰਾਈਵਰ ਜਿਹੜਾ ਪੋ ਪ੍ਰੋਗਰਾਮ ਆਰੇ ਇਲ ਨੈਵੀਗੇਟਰ ਮਤਲਬ ਨੈਵੀਗੇਟਰ ਨੂੰ ਸੈੱਟ ਕਰ ਸਕਦਾ ਉਹ ਦੇ ਵਿੱਚ ਸੈਟਿੰਗ ਕਰ ਸਕਦਾ ਇਨ ਕੁਆਲਸੀਸੀ ਮੂਮੈਂਟੋ ਕਿਸੇ ਵੀ ਟਾਈਮ ਜੇ ਫਾਲਸ ਹੋਈ ਜਦੋਂ ਨੈਵੀਗੇਟਰ ਸੈੱਟ ਕਰਨਾ ਹੈ ਮਤਲਬ ਉਹ ਦੇ ਵਿੱਚ ਕੋਈ ਵੀ ਤੁਹਾਨੂੰ ਡਰੈਕਸ ਐਡਰੈਸ ਭਰਨਾ ਹੈ ਤੇ ਖਲੋਤੀ ਹੋਈ ਗੱਡੀ ਵਿੱਚ ਕਰਨਾ ਹੈ ਜਲਦੀ ਗੱਡੀ ਨਹੀਂ ਕਰਨਾ ਤੇ ਮੂਮੈਂਟੋ ਆ ਗਿਆ ਹੈ ਮੂਮੈਂਟੋ ਸੈਂਪਰੇ ਵੇਰੋ ਤੇ ਇੱਕ ਫਾਲਸ ਹੋਉਂਦਾ ਹੈ ਕੁਆਲਸੀਸੀ ਨਾਲ ਇੱਥੇ ਆ ਗਿਆ ਠੀਕ ਹੈ ਲਿਸਪੇ ਕੀ ਰੈਟਰੋਵਿਜ਼ਰੀ ਕਹਿੰਦੇ ਪਿੱਛੇ ਦੇਖਣ ਵਾਲੇ ਸ਼ੀਸ਼ੇ ਨੇ ਦੇਵ ਨੂੰ ਇਸਰੇ ਰੈਗੂਲੇਟਿ ਇਹਨਾਂ ਨੂੰ ਰੈਗੂਲੇਟ ਕਰਨਾ ਐਡਜਸਟ ਕਰਨਾ ਸੈੱਟ ਕਰਨਾ ਮੈਂਟਰੀ ਵਹੀਕਲੋ ਜਦੋਂ ਗੱਡੀ ਇਨ ਮੂਵਮੈਂਟ ਤੋਂ ਚਲਦੀ ਭਈ ਹੋਵੇ ਉਦੋਂ ਕਹਿੰਦਾ ਸ਼ੀਸ਼ੇ ਨੂੰ ਸੈੱਟ ਕਰਨਾ ਫਾਲਸ ਹੋ ਜੀ ਸ਼ੀਸ਼ੇ ਵੀ ਜਦੋਂ ਸੈੱਟ ਕਰੀਦੇ ਨੇ ਖਲੋਤੀ ਹੋਈ ਗੱਡੀ ਦੇ ਕਰੀਦੇ ਨੇ ਜਦੋਂ ਤੁਸੀਂ ਡਰਾਈਵਿੰਗ ਸੀਟ ਤੇ ਬੈਠੇ ਹੋ ਪਹਿਲੀ ਚੀਜ਼ ਹੁੰਦੀ ਹੈ ਤੁਸੀਂ ਸੀਟ ਸੈੱਟ ਕਰੋ ਠੀਕ ਹੈ ਦੂਸਰੀ ਚੀਜ਼ ਸ਼ੀਸ਼ੇ ਸੈੱਟ ਕਰੋ ਖਲੋਤੀ ਗੱਡੀ ਦੇ ਸਾਰਾ ਕੋਈ ਬੈਲਟ ਵਗੈਰਾ ਲਾ ਕੇ ਫਿਰ ਗੱਡੀ ਟੋਰਨੀ ਅੱਛਾ ਜੀ ਇੱਥੇ ਆ ਗਿਆ ਮੂਵਮੈਂਟ ਤੋ ਇੱਕ ਤੇ ਮੂਵਮੈਂਟ ਹੀ ਲਫ਼ਜ਼ ਹੈ ਉਹ ਸੈਂਪਰੇ ਵੇਰੋ ਇਹ ਫਾਲਸੋ ਕੋਈ ਨਹੀਂ ਇਹ ਜਿਹੜਾ ਵੇ ਮੂਵਮੈਂਟ ਤੋ ਵੇ ਠੀਕ ਹੈ ਇਹ ਸੈਂਪਰੇ ਵੇਰੋ ਤੇ ਤਿੰਨ ਫਾਲਸੋ ਨੇ ਸਪੇਕੀ ਦਿਸਤਾਂਤੇ ਤੇ ਸਤਲਿਤਾਰੇ ਨਾਲ ਇੱਥੇ ਕੀ ਆਇਆ ਜੀ ਇੱਥੇ ਆ ਗਿਆ ਸਪੇਕੀ ਅੱਛਾ ਜੀ ਠਾਰਮਾ 베레 운 리쿠오레 ад 알타 그라데시오네 알콜리카 કે 라 지아다 알콜 ਪੀਂਦੀਓ ਪਰ ਮੈੱਟੇ ਦੀ ਮਿਗਲਿਓਰੇ ਅਟੈਂਸਿਓਨੇ ਕਾਦੇਨੇ ਦਲਤਿਆਨ ਜਿਹੜਾ ਉਹ ਵਧ ਜਾਏਦਾ ਦੋਪੋ ਚਿਰ ਕਾ ਦੀਏਚੀ ਮਿਨੂਤੀ 10 ਮਿੰਟ ਤੋਂ ਬਾਦ ਦਲ ਇੰਜੈਸਤੀਓਨੇ ਜਦੋਂ ਤੁਸੀਂ ਅਲਕੋਲ ਅਜ਼ਮ ਕਰ ਲੀਏ 10 ਮਿੰਟ ਤੋਂ ਬਾਦ ਕਹਿੰਦਾ ਧਿਆਨ ਜਿਹੜਾ ਹੈ ਉਹ ਮਿਲੀਓਰਾਰੇ ਹੋਏਦਾ ਵਾਜੇ ਵਿੱਚ ਜ਼ਿਆਦਾ ਧਿਆਨ ਕਰਨ ਲੱਗ ਜਾਓਗੇ ਫਾਲਸੋ ਅੱਛਾ ਜੀ ਇੱਥੇ ਦੋ ਲਫ਼ਜ਼ ਆਏ ਨੇ ਇੱਕ ਥਿਆ ਗਿਆ 베레 ਸੈਂਪਰੇ ਫਾਲਸੋ 베ਰੋ ਕੋਈ ਨਹੀਂ ਦੂਸਰਾ ਆ ਗਿਆ मिनुटी मिनुटी sempre falso ਤੇ ਇੱਕ ਵੇਰੋਂ ਹੁੰਦਾ ਹੈ ਅਲਕੂਨੀ ਨਾਲ ਸਿੰਟੋਨਿਜ਼ਾਰੇ ਮੈਨੂਅਲ ਮੈਨ ਤੇ ਕਹਿੰਦੇ ਹੱਥ ਨਾਲ ਸੈਟਿੰਗ ਕਰਦੇ ਹੋ ਆਉਤੋਂ ਰੇਡੀਓ ਰੇਡੀਓ ਦੀ ਜਿਹੜੇ ਉਹ ਸਟੇਸ਼ਨ ਢੂੰਢੀਦੇ ਨੇ ਨੌਨ ਕੰਪੋਰਟਾ ਪਰਦੀਤਾ ਦੀ ਅਟੈਂਸ਼ਨ ਕਹਿੰਦਾ ਇਹਨਾਂ ਪਰਦੀਤਾ ਦੀ ਅਟੈਂਸ਼ਨ ਨਹੀਂ ਹੁੰਦਾ ਮਤਲਬ ਧਿਆਨ ਨਹੀਂ ਹਟਦਾ ਅਲਸਤਰਾ ਦਾ ਸੜਕ ਤੋਂ ਪਰ ਕਿਉਂ ਇਹਨੂੰ ਕੰਪੀਟੋ ਕਹਿੰਦਾ ਇਹ ਇੱਕ ਐਸਾ ਕੰਮ ਹੈ ਕਿ ਸੀਏ ਅਬਿਤੁਆਤੀ ਜਿਹਦੇ ਤੁਸੀਂ ਆਦੀ ਹੋ ਗਏ ਹੋ ਅਜ਼ਵੋਲਜਰ ਕਰਨ ਦੇ ਫਾਲਸ ਹੋ ਜੀ ਕਹਿੰਦਾ ਰੇਡੀਓ ਦੀ ਸੈਟਿੰਗ ਕਰਦੇ ਹੋ ਤੇ ਇਹਦੀ ਸੈਟਿੰਗ ਕਰਦਿਆਂ ਹੋਇਆਂ ਧਿਆਨ ਨਹੀਂ ਹਟਦਾ ਕਿਉਂ ਨਹੀਂ ਹਟਦਾ ਕਿਉਂਕਿ ਐਸਾ ਕੰਮ ਹੈ ਜਿਹਦੇ ਤੁਸੀਂ ਕਰਨ ਦੇ ਆਦੀ ਹੋ ਗਏ ਹੋ ਮਤਲਬ ਜਦੋਂ ਗੱਡੀ ਚਲਾਈਏ ਰੇਡੀਓ ਨੂੰ ਛੇੜਿਆ ਹਾਰ ਟੈਂਬੋਦਨ ਲੱਗਿਆ ਸੈਟਿੰਗ ਵਗੈਰਾ ਕਰਦੇ ਰਹਿਦਾ ਹੈ ਇਸ ਵਾਸਤੇ ਕਹਿੰਦਾ ਧਿਆਨ ਨਹੀਂ ਘਟਦਾ ਫਾਲਸੋ ਹੀ ਧਿਆਨ اٹਦਾ ਹੈ ਅੱਛਾ ਜੀ 20 ਨੰਬਰ ਆਬਿਤੁਆਤੀ ਆਦੀ ਹੋ ਜਾਣਾ ਜ਼ਵੋਲਜਰੇ ਕਰਨੇ ਦਾ ਕੰਮ ਵੀ ਤੋਂ ਕਮ ਸੇ ਅਗਰ ਸੇ ਸਤਾਤੋ ਦੀ ਐਬਰੇਸਾ ਲੀਵੇ ਕਹਿੰਦੇ ਅਗਰ ਐਬਰੇਸਾ ਲੀਵੇ ਮਤਲਬ ਥੋੜੇ ਨਸ਼ੇ ਦੀ ਹਾਲਤ ਚੋ ਸੀ ਰੇਸ਼ੀਆ ਗੁਈਦਾਰੇ ਤੁਸੀਂ ਡਰਾਈਵਿੰਗ ਕਰ ਸਕੋਗੇ ਕਮੂ ਕੋਏ ਫੇਰ ਵੀ ਇਨ ਸਿਕੁਰੇਸਾ ਪੂਰੀ ਫਾਦਰ ਸੁਰੱਖਿਆ ਦੇ ਨਾਲ ਫਾਲਸ ਹੋਈ ਲਾ ਕਵਾਂਟੀਤਾ ਦੀ ਅਟੈਂਸੀਓਨੇ ਕਹਿੰਦੇ ਧਿਆਨ ਦੇਈਦਾ ਕੇ ਸੀ ਪੋਪ ਰੇਸਟਾਰੇ ਜਿਹੜਾ ਤੁਸੀਂ ਦੇ ਸਕਦੇ ਹੋ ਅਲਸਤਰਾ ਦਾ ਸੜਕ ਤੇ ਮੈਂ ਤੇਰੇ ਸੀ ਗੁਈਦਾ ਜਰੂਰ ਡਰਾਈਵਿੰਗ ਕਰਦੇ ਹੋ ਪੇ ਇਹ ਇਲੀਮਿਟਾਤਾ ਕਹਿੰਦੇ ਅਨਲਿਮਿਟ ਹੈ ਮਨਜਾ ਤੁਸੀਂ ਡਰਾਈਵਿੰਗ ਕਰਦੇ ਹੋ ਸੜਕ ਦੇ ਧਿਆਨ ਦੇ ਸਕਦੇ ਹੋ ਅਨਲਿਮਿਟੇ ਇਹਦੀ ਲਿਮਿਟ ਹੀ ਕੋ ਨਹੀਂ ਵੀ ਇਤਨਾ ਤੁਸੀਂ ਧਿਆਨ ਕਰ ਸਕਦੇ ਹੋ ਫਾਲਸ ਹੋ ਜੀ ਡਰਾਈਵਿੰਗ ਕਰਦੇ ਹੋਇਆ ਧਿਆਨ ਜਿਹੜਾ ਹੈ ਉਹ ਹਟ ਜਾਂਦਾ ਹੈ ਕਿਉਂਕਿ ਸਾਈਡਾਂ ਤੇ ਮختلف ਚੀਜ਼ਾਂ ਕਿਧਰੇ ਨ ਕਿਧਰੇ ਨਜ਼ਰ ਟੁਰ ਜਾਂਦੀ ਹੈ ਅੱਛਾ ਜੀ 22 ਨੰਬਰ ਹਾਂਜੀ ਇਹਦੇ ਵਿੱਚ ਨਾ ਪ੍ਰੇਸਟਾਰ ਆ ਗਿਆ ਹੈ ਪ੍ਰੇਸਟਾਰ ਦੱਸਿਆ ਸੀ ਕਿ ਸੈਂਪਰੇ ਵੇਰੋ ਦੋ ਫਾਲਸੋ ਇੱਕ ਵੇਦਾਂ ਨਾਲ ਹੁੰਦਾ ਹੈ ਇੱਕ ਵੇਦਨਾਲ ਤੇ ਕਿ ਇਨਲੀਮੀਟਾ ਤੇ ਇਨਲੀਮੀਟਾਤਾ ਆ ਗਿਆ 22 ਕੋਨ 0.5 ਗ੍ਰਾਮੀ ਕਹਿੰਦਾ 0.5 ਗ੍ਰਾਮੀ ਹੈ ਪੇ ਲੀਟਰੋ ਦੀ ਆਲਕੋਹਲ ਆਲਕੋਹਲੇ ਨਿਲ ਸੰਗਵੇ ਤੁਹਾਡੇ ਖੂਨ ਦੇ ਵਿੱਚ ਠੀਕ ਹੈ ਸਿਰੇਸ਼ੇ ਆ ਕੌਨਸੰਤਰਾਰਸੀ ਮੈਲੀ ਤੁਸੀਂ ਕਹਿੰਦਾ ਕੌਨਤਰਾਰਸੀ ਮੈਲੀ ਉਹ ਚੰਗੀ ਤਰ੍ਹਾਂ ਤੁਸੀਂ ਧਿਆਨ ਰੱਖ ਸਕੋਗੇ ਫਾਲਸ ਹੋ ਜੇ ਅਗਰ ਖੂਨ ਦੇ ਵਿੱਚ ਆਲਕੋਹਲ ਪਾਈ ਜਾਵੇ ਕਿਉਂਕਿ ਨਸ਼ਾ ਤੇ ਉਹ ਜ਼ਰਾ ਧਿਆਨ ਨਹੀਂ ਰੱਖਣ ਹੁੰਦਾ ਬਾਕੀ ਸੰਗਵੇ ਆ ਗਿਆ ਸਾਂਗਵ ਜਿਹੜਾ ਹੈ ਸੈਂਪਰੇ ਫਾਲਸੋ ਤੇ ਦੋ ਵੇਰੋ ਨੇ ਵੇਰੋ ਇੱਕ ਫੋਰਤੇ ਨਾਲ ਹੁੰਦਾ ਦੂਸਰਾ ਐਸਟਰਨ ਨਾਲ ਹੁੰਦਾ ਇਨੋਸਤਰੀ ਸੈਂਸੀ ਕਹਿੰਦੇ ਸਾਡੀ ਸੈਂਸ ਹੁੰਦੀ ਏ ਰੀਏਸ ਕੋਨੋ ਆ ਕੋਲਯਰੇ ਇਹ ਕਹਿੰਦਾ ਸਮਝ ਸਕਦੀਆਂ ਨੇ ਸਮਝ ਸਕਦੀ ਏ ਸਾਡੀ ਸੈਂਸ ਜਿਹੜੀ ਏ ਤੁਤਲੀ ਸਟੀਮੋਲੀ ਜਿਤਨੀਆਂ ਵੀ ਨਿਸ਼ਾਨੀਆਂ ਲਾਮਤਾਂ ਨੇ ਪ੍ਰੇਜ਼ੈਂਤ ਨੇਲ ਅੰਬੀਅੰਤੇ ਮਹੌਲ ਦੇ ਵਿੱਚ ਫਾਲਸੋਲੀ ਅਸੀਂ ਹਰ ਇੱਕ ਚੀਜ਼ ਨੂੰ ਨਹੀਂ ਸਮਝ ਸਕਦੇ ਇਨੋਸਤਰੀ ਸੈਂਸੀ ਸੋਨੋ ਇਨ ਗਰਾਡੋ ਕਹਿੰਦੇ ਸਾਡੀ ਸੈਂਸ ਹੁੰਦੀ ਹੈ ਸੋਨੋ ਇਨ ਗਰਾਡੋ ਇਸ ਕਾਬਿਲ ਹੁੰਦੀਆਂ ਨੇ ਦੀ ਪ੍ਰੇਚਿਪੀਰੇ ਸਟੀਮੋਲੀ ਐ ਹਰ ਨਿਸ਼ਾਨੀ ਹਰ ਲਾਮਤ ਨੂੰ ਮਹਿਸੂਸ ਕਰ ਸਕਦੀਆਂ ਨੇ ਦੀ ਕੁਅਲੁੰਕੇ ਇਨਟੈਂਸਿਤਾ ਕਿਸੇ ਵੀ ਕਿਸਮ ਕਿਸੇ ਵੀ ਸ਼ਿੱਦਤ ਦੀ ਹੋਵੇ ਤੇ ਕਹਿੰਦੇ ਸਾਡੀ ਸੈਂਸ ਮਹਿਸੂਸ ਕਰ ਸਕਦੀ ਹੈ ਫਾਲਸੋਰੀ जिदे ਵਿੱਚ ਕਹਵੇ ਕਿ ਨਹੀਂ ਮਹਿਸੂਸ ਕਰ ਸਕਦੀ ਉਹ ਵੇਰ ਹੋਏ ਜਿਦੇ ਚ ਕਹਵੇ ਕਿ ਅਸੀਂ ਹਰ ਇੱਕ ਚੀਜ਼ ਨੂੰ ਮਹਿਸੂਸ ਕਰ ਸਕਨੇ ਆ ਜਾਂ ਸਮਝ ਸਕਨੇ ਆ ਉਹ ਫਾਲਸ ਹੋਏ ਇਨ ਕੰਡੀਸਿਓਨੀ ਦੀ ਟ੍ਰਾਫੀਕੋ ਇੰਤੈਨਸੋ ਕਹਿੰਦੇ ਟ੍ਰਾਫੀਕੋ ਇੰਤੈਨਸੋ ਐ ਟ੍ਰੈਫਿਕ ਦਾ ਰਸ਼ੇ ਲੋ ਸਟ੍ਰੈਸ ਜਿਹੜਾ ਉਸ ਰਸ਼ ਦਾ ਪ੍ਰੈਸ਼ਰ ਹੈ ਦਬਾਅ ਹੋਏ ਪੋ ਅਯੂਤਾਰੇ ਕਹਿੰਦੇ ਉਹ ਹੈਲਪ ਕਰਦਾ ਇਲ ਕੁੰਦੂਚੈਂਤੇ ਡਰਾਈਵਰ ਦੀ ਅਮੰਤਨੇਰਸੀ ਵਿਜੀਲੇ ਉਹਨੂੰ ਐਕਟਿਵ ਰੱਖਣੇ ਵਿੱਚ ਫਾਲ ਸੋਰੀ ਜਿਹੜਾ ਟ੍ਰੈਫਿਕ ਦਾ ਰਸ਼ ਹੁੰਦਾ ਹੈ ਇਹ ਡਰਾਈਵਰ ਨੂੰ ਪਰੇਸ਼ਾਨ ਕਰਦਾ ਹੈ ਐਕਟਿਵ ਨਹੀਂ ਕਰਦਾ ਟ੍ਰੈਫਿਕ ਕੋ ਇੰਟੈਂਸੋ ਟ੍ਰੈਫਿਕ ਦਾ ਰਸ਼ ਲੋਸ ਸਟ੍ਰੈਸ ਸਟ੍ਰੈਸ ਮਤਲਬ ਜਿਹੜਾ ਪ੍ਰੈਸ਼ਰ ਹੈ ਦਬਾਅ ਹੈ ਲੂ ਉਦਿਟੋ ਜਿਹੜੀ ਉਦਿਟੋ ਆਸਦੇ ਨੇ ਜਿਹੜੀ ਸੁਣਨੇ ਵਾਲੀ ਤਾਕਤ ਹੁੰਦੀ ਹੈ ਨੋ ਨੇ ਉਨ ਸੈਂਸੋ ਇੰਪੋਰਟਾਂਤੇ ਕੰਦੇ ਸੈਂਸ ਜਿਹੜੀਆਂ ਇੰਪੋਰਟਾਂਟੇ ਕੋਈ ਨਹੀਂ ਕਦੋਂ ਤੁਸੀਂ ਗਾਈਡਾ ਜਦੋਂ ਤੁਸੀਂ ਡਰਾਈਵਿੰਗ ਕਰ ਰਹੇ ਹੋ ਫਾਲਤੋ ਜੀ ਇੰਪੋਰਟੈਂਟ ਹੈ ਵੇ ਇਸ ਵਾਸਤੇ ਹੀ ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਉੱਚੀ ਆਵਾਜ਼ ਵਿੱਚ 뮤직 ਸੁਣਨ ਤੋਂ ਮਨਾ ਕੀਤਾ ਗਿਆ ਠੀਕ ਹੈ ਇੱਥੇ ਇੱਕ ਰੂਲ ਵੀ ਹੈ ਵੇ ਕਿ ਤੁਸੀਂ ਜ਼ਿਆਦਾ ਉੱਚੀ ਆਵਾਜ਼ ਵਿੱਚ 뮤직 ਨਹੀਂ ਸੁਣ ਸਕਦੇ ਉਹਦੀ ਵਜ੍ਹਾ ਹੈ ਵੇ ਕਿ ਸੋ ਚੀਜ਼ਾਂ ਸੋ ਐਸੀ ਮਤਲਬ ਸਿਚੁਏਸ਼ਨ ਬਣ ਸਕਦੀ ਹੈ ਕਿ ਜਿਹਦੇ ਚ ਅਗਰ ਤੁਹਾਨੂੰ ਆਵਾਜ਼ ਆ ਜਾਵੇ ਤੁਸੀਂ ਐਕਸੀਡੈਂਟ ਖਤਰੇ ਤੋਂ ਬਚ ਸਕਦੇ ਹੋ ਤੇ ਯਾਨੀ ਇਸ ਤਰੀਕੇ ਸਮਝੋ ਤੁਸੀਂ ਗੱਡੀ ਚਲਾ ਰਹੇ ਹੋ ਤੇ 뮤זיਕ ਜਿਹੜਾ ਉਹ ਉਹਦੀ ਆਵਾਜ਼ ਜ਼ਿਆਦਾ ਹੋਵੇ ਪਿੱਛੋਂ ਹੋ ਸਕਦਾ ਐਮਬੂਲੈਂਸ ਹੁੰਦੀ ਪੀ ਹੋਵੇ ਉਹਨੂੰ ਰਸਤਾ ਨਾਲ ਤੁਸੀਂ ਦੇਵੋ ਕਿਉਂਕਿ ਤੁਹਾਨੂੰ ਉਹਦਾ ਸਾਇਰਨ ਨਹੀਂ ਸੁਣਾਈ ਦੇਣਾ ਇਸ ਵਾਸਤੇ ਕਾਫੀ ਨੀ ਚੀਜ਼ਾਂ ਨੇ ਐਸੀਆਂ ਇੰਪੋਰਟੈਂਟ ਤੇ ਵੇ ਸੁਣਨੇ ਵਾਲੀ ਜਿਹੜੀ ਸੈਂਸ ਹੁੰਦੀ ਹੈ ਇਹ ਵੀ ਲੋ ਜੀ 23 ਨੰਬਰ ਚੈਪਟਰ ਖਤਮ ਹੋ ਗਿਆ ਇਨਸ਼ਾਅੱਲਾ ਜਿਹੜਾ ਉਹ ਕੱਲ 24 ਨੰਬਰ ਸ਼ੁਰੂ ਕਰਾਂਗੇ ਓਕੇ ਜੀ ਅੱਲਾਹ ਫੇਸ ਦਸਿਆ ਗਾਲ ਜੀ